بسم اللہ الرحمن الرحیم میرا نام محمد انور راجا اج اسی ریڈیو 95 95 تے پنجاب رنگ تے ریڈیو دی گل کران گے کیونکہ اج ساری دنیا جیڑی ہے او ریڈیو دا دن منا رہی ہے 13 فروری ہر سال ریڈیو دا دن منایا جاندہ ہے تے ਮੈਂ ਇਹ ਸ਼ੁਰੂ ਹੀ ਦੱਸਦਾ ਚੱਲਾਂ ਕਿ ਰੇਡੀਓ ਜਿਹੜਾ ਹੈ ਇਹ ਅੱਜ ਵੀ ਪੂਰੀ ਦੁਨੀਆ ਦੇ ਸੁਣਿਆ ਜਾ ਰਿਹਾ ਹਾਲਾਂਕਿ ਬਹੁਤ ਸਾਰੇ ਮੀਡੀਆ ਆ ਚੁੱਕੇ ਨੇ ਬਹੁਤ ਸਾਰੇ ਚੈਨਲ ਆ ਚੁੱਕੇ ਨੇ ਟੀਵੀ ਆ ਚੁੱਕਿਆ ਹੈ ਵੈਬਸਾਈਟਾਂ ਆ ਚੁੱਕੀਆਂ ਨੇ YouTube ਆ ਚੁੱਕਿਆ ਹੈ Twitter ਆ ਚੁੱਕਿਆ ਹੈ ਲੇਕਿਨ ਰੇਡੀਓ ਜਿਹੜਾ ਹੈ ਇਹਦੀ ਅੱਜ ਵੀ ਬੜੀ ਅਹਿਮੀਅਤ ਹੈ ਇੱਕ ਇੱਕ ਤਹਿਕੀਕ ਦੇ ਮੁਤਾਬਕ ਦੁਨੀਆ ਦੇ ਵਿੱਚ ਕੋਈ ਤਕਰੀਬਨ 44 45000 ਰੇਡੀਓ ਚੈਨਲ ਇਸ ਟਾਈਮ ਚੱਲਦੇ ਨੇ ਪਏ ਤੇ ਇਹ ਤੋਏ ਲੱਗਦਾ ਕਿ ਰੇਡੀਓ ਜਿਹੜਾ ਹੈ ਉਹ ਅੱਜ ਵੀ ਸੁਣਿਆ ਜਾਂਦਾ ਹੈ ਗੱਡੀਆਂ 'ਚ ਸੁਣਿਆ ਜਾਂਦਾ ਹੈ ਘਰਾਂ 'ਚ ਸੁਣਿਆ ਜਾਂਦਾ ਹੈ ਤੇ ਬਹੁਤ ਸਾਰੇ ਇਦਾਰੇ 'ਚ ਸੁਣਿਆ ਜਾਂਦਾ ਹੈ ਆ ਰੇਡੀਓ ਜਿਹੜਾ ਮੈਂ ਗੱਲ ਕੀਤੀ ਕਿ 19 ਸਦੀ ਜਿਹੜੀ ਸੀ ਉਹਦੇ ਆਖਰ ਦੇ ਵਿੱਚ ਇਹ ਸ਼ੁਰੂ ਹੋਇਆ ਇੱਕ ਜਰਮਨ ਸਾਇੰਸਦਾਨ ਨੇ 1865 ਦੇ ਵਿੱਚ ਕੋਈ ਤਹਿਕੀਕ ਕੀਤੀ ਉਹਨੇ ਰਿਆਜ਼ੀ ਦਾ ਕੰਮ ਕਰ ਰਿਹਾ ਸੀ ਉਹਨੇ ਕਿਹਾ ਸੀ ਇਸ ਨਾਲ ਲਹਿਰਾ ਪੈਦਾ ਕਰਕੇ ਤੇ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਈ ਜਾ ਸਕਦੀ ਹੈ ਉਸ ਤੋਂ ਕੋ 20 ਸਾਲ ਬਾਅਦ ਇੱਕ ਹੋਰ ਜਰਮਨ ਸਾਇੰਸਦਾਨ ਜੀ ਸੀ ਉਹਨੇ ਇਸ ਅਮਲ ਨੂੰ ਜਿਹੜਾ ਸੰਮਕਰਨ ਕਰ ਦਿਖਾ ਦਿੱਤਾ ਉਸ ਤੋਂ ਬਾਅਦ ਰੇਡੀਓ ਸ਼ੁਰੂ ਹੋ ਗਿਆ ਤੇ ਫਿਰ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੀ ਇਸ ਇਸ ਖੇਤੇ ਦੇ ਵਿੱਚ ਰੇਡੀਓ ਦੀ ਕੀ ਹਮਾਇਤ ਹੈ ਪਾਕਿਸਤਾਨ ਬਣਨ ਤੋਂ ਬਾਅਦ ਸਭ ਤੋਂ ਪਹਿਲੀ ਜਿਹੜੀ ਖੁਸ਼ਖਬਰੀ ਸਾਨੂੰ ਮਿਲੀ ਸਾਡੇ ਲੋਕਾਂ ਨੂੰ ਮਿਲੀ ਉਹ ਰੇਡੀਓ ਤੋਂ ਮਿਲੀ ਸੀ ਉਹ 1947 ਦੇ ਵਿੱਚ 13 ਤੇ 14 ਅਗਸਤ ਦੀ ਦਰਮਿਆਨੀ ਰਾਤ ਨੂੰ ਸਾਢੇ 12 ਵਜੇ ਪੂਰੇ ਰੇਡੀਓ ਤੋਂ ਐਲਾਨ ਹੋਇਆ ਸੀ ਅਸਲਾਮੁਅਲੈਕਮ ਇਹ ਰੇਡੀਓ ਪਾਕਿਸਤਾਨ ਹੈ ਤੇ ਇਸ ਵਾਸਤੇ ਰੇਡੀਓ ਦਾ ਜਿਹੜਾ ਇੱਕ ਕਿਰਦਾਰ ਹੈ ਰੇਡੀਓ ਦਾ ਜਿਹੜਾ ਇੱਕ ਤੱਲਕ ਹੈ ਉਸ ਸਾਡੇ ਲੋਕਾਂ ਵਾਂਸੇ ਬੜੀ ਇੱਕ ਅਹਿਮੀਅਤ ਦਾ ਅਮਲ ਹੈ ਬੜੀ ਇੱਕ ਯਾਦਗਾਰ ਬੜੀਆਂ ਇਹਦੇ ਨਾਲ ਸੋਹਣੀਆਂ ਯਾਦਾਂ ਬਵਸਤਾਨ ਹੈ ਅੱਜ ਤੂੰ ਕਾਫੀ ਸਾਲ ਪਹਿਲੇ ਜਦੋਂ ਇੱਕ ਟੀਵੀ ਚੈਨਲ ਨਹੀਂ ਸੀ ਆਇਆ ਜਦੋਂ ਇਨਾ ਕੇਬਲ ਨੈਟਵਰਕ ਨਹੀਂ ਸੀ ਹੈ ਡਿਸ਼ ਟੀਵੀ ਨਹੀਂ ਸੀ ਹੈ ਤਾਂ ਰੇਡੀਓ ਹਰ ਘਰ ਦੇ ਵਿੱਚ ਸੁਣਿਆ ਜਾਂਦਾ ਸੀ ਰੇਡੀਓ ਹਰ ਘਰ ਦੇ ਵਿੱਚ ਹਰ ਕੇ ਹਰ ਮਹੱਲੇ ਦੇ ਵਿੱਚ ਚੌਕ ਦੇ ਵਿੱਚ ਰੇਡੀਓ ਵੀ ਉਦੋਂ ਇੰਨੇ ਆਮ ਨਹੀਂ ਸੀ ਹਵੇ ਪਿੰਡ ਦੇ ਵਿੱਚ ਕੋਈ 5-7-10 ਘਰਾਂ 'ਚ ਰੇਡੀਓ ਹੁੰਦੇ ਸੀ ਜਿਹੜੇ ਸਾਰਿਆਂ ਦੀ ਖਬਰਾਂ ਦਾ ਜਿਹੜਾ ਜ਼ਰੀਆ ਹੁੰਦੇ ਸੀ ਯਾਰ ਘਰ ਦੇ ਵਿੱਚ ਬਾਬਾ ਜਿਹੜਾ ਸੀ ਉਹ ਸ਼ਾਮ ਨੂੰ ਖਬਰਾਂ ਦੇ ਵੇਲੇ ਬੱਚਿਆਂ ਨੂੰ ਡਾਂਟਦੇ ਸੀ ਕਿ ਪਿੱਛਾ ਹੋ ਜਾ ਬਈ ਮੈਂ ਹੁਣ ਖਬਰਾਂ ਸੁਣਨੀਆਂ ਨੇ ਕਿਉਂਕਿ ਉਸ ਵਕਤ ਰੇਡੀਓ ਹੀ ਸਿਰਫ ਐਸਾ ਇੱਕ ਜ਼ਰੀਆ ਸੀ ਜਿਹੜਾ ਪੂਰੀ ਦੁਨੀਆ ਦੀਆਂ ਖਬਰਾਂ ਜਿਹੜੀਆਂ ਲੋਕਾਂ ਤੱਕ ਪਹੁੰਚਦਾ ਸੀ ਰੇਡੀਓ ਦੇ ਜ਼ਰੀਏ ਲੋਕਾਂ ਨੂੰ ਪਤਾ ਲੱਗਦਾ ਸੀ ਕਿ ਅੱਜ ਮੁਲਕ 'ਚ ਕੀ ਹੋ ਰਿਹਾ ਹੈ ਸਦਰ ਕੌਣ ਹੈ ਵਜ਼ੀਰ ਆਜ਼ਮ ਕੌਣ ਹੈ ਵਜ਼ੀਰ ਅਲਾ ਕੌਣ ਹੈ ਅਮਰੀਕਾ 'ਚ ਕੀ ਹੋ ਰਿਹਾ ਪਿਆ ਰੋਸਟ ਕੀ ਹੋ ਰਿਹਾ ਹੈ ਦੂਸਰੀ ਆਲਮੇ ਜਿਹੜੀ ਆਲਮੀ ਜੰਗ ਹੋਈ ਹੈ ਉਹਦੀ ਕੌਣ ਜਿੱਤਿਆ ਪਿਆ ਕੌਣ ਹਾਰਦਿਆ ਪਿਆ ਲੋਕ ਬੀਬੀਸੀ ਰੈਡ ਗਰਨ ਬੜਾ ਸੁਣਦੇ ਸੀ ਇੱਕ ਦੌਰ ਦੇ ਵਿੱਚ ਕਹਿੰਦੇ ਸੀ ਬੀਬੀਸੀ ਦੀ ਖਬਰ ਬੜੀ ਮੌਤਬਰ ਹੁੰਦੀ ਹੈ ਮਸਲ ਇਹ ਸਾ ਰੇਡੀਓ ਜਿਹੜਾ ਨੇ ਉਹ ਇੱਕ ਲੋਕਾਂ ਦੀ ਜ਼ਿੰਦਗੀ 'ਚ ਅਸੀਂ ਰਚਿਆ ਬਸਿਆ ਸੀ ਕੁਛੀਆਂ ਕਮੀਆਂ ਨਾਲ ਰੇਡੀਓ ਜੁੜਿਆ ਸੀ ਮਤਲਬ ਕਿ ਅਕਸਰ ਘਰਾਂ ਦੇ ਵਿੱਚ ਸ਼ਾਮ ਨੂੰ ਮਾਈਆਂ ਇਕੱਠੀਆਂ ਹੋ ਕੇ ਬਾਬਿਆਂ ਨੇ ਬਹਿਣਾ ਤੇ ਰੇਡੀਓ ਸੁਣਨੀ ਆ ਇੱਕ ਬੜਾ ਪ੍ਰੋਗਰਾਮ ਲੱਗਦਾ ਸੀ ਸੋਹਣਾ ਨਿਜ਼ਾਮਦੀਨ ਦੀਆਂ ਗੱਲਾਂ ਲੱਗਦੀਆਂ ਸੀ ਰੇਡੀਓ ਤੇ ਉਹ ਬੜੀਆਂ ਬੜੇ ਮਿੱਠੇ ਅੰਦਾਜ਼ ਦੇ ਵਿੱਚ ਬੜੇ ਸੋਹਣੇ ਅੰਦਾਜ਼ ਦੇ ਵਿੱਚ ਬੜੇ ਪਿਆਰੇ ਅੰਦਾਜ਼ ਦੇ ਵਿੱਚ ਬੜੇ ਬੀਬੇ ਅੰਦਾਜ਼ ਦੇ ਵਿੱਚ ਬੜੀਆਂ ਸੋਹਣੀ ਸੋਹਣੀ ਗੱਲਾਂ ਦੱਸ ਕੇ ਲੋਕਾਂ ਨੂੰ ਤੇ ਲੋਕਾਂ ਦੀਆਂ ਖੁਸ਼ੀਆਂ ਉਹਨਾਂ ਦੇ ਚਿਹਰੇ ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਸੀ ਰੇਡੀਓ ਤਾਂ ਇਹ ਸੀ ਬਚਪਨ ਦੇ ਵਿੱਚ ਡਰਾਮੇ ਸੁਣਨੇ ਸ਼ੁਰੂ ਕੀਤੇ ਜਿਹਦੇ ਵਿੱਚ ਸਭ ਤੋਂ ਜਿਹੜਾ ਮੇਨ ਕੰਮ ਹੁੰਦਾ ਸੀ ਕਿ ਲੋਕਾਂ ਦੇ ਜਿਹੜੇ ਸੀ ਨਾ ਉਹ ਇੱਕ ਤੇ ਪੈਗਾਮ ਹੁੰਦਾ ਸੀ ਇੱਕ ਉਹਨਾਂ ਦੇ ਲੋਕਾਂ ਦੇ ਲੱਭੋ ਲੱਜੇ ਬੜੇ ਪਿਆਰੇ ਹੁੰਦੇ ਸੀ ਤੇ ਅੱਜ ਤੋਂ ਕੁਝ ਹਸਾ ਪਹਿਲੇ ਕਿਹਾ ਜਾਂਦਾ ਸੀ ਕਿ ਜਿਹੜੇ ਬੰਦੇ ਟੀਵੀ ਤੇ ਆਏ ਜਿਹੜੇ ਟੀਵੀ ਤੇ ਛਾ ਗਏ ਜਿਹਨਾਂ ਟੀਵੀ ਦਾ ਨਾਮ ਬਣਾਇਆ ਉਹਨਾਂ ਦੀ ਪਹਿਲੀ ਦਰਸਗਾ ਰੇਡੀਓ ਸੀ ਬਸ ਬਹੁਤ ਸਾਰੇ ਵੱਡੇ ਸਾਡੇ ਗੁਲੂਕਾਰ ਨੇ ਅਦਾਕਾਰ ਨੇ ਬ੍ਰਾਡਕਾਸਟਰ ਨੇ ਉਹਨਾਂ ਦੀ ਸ਼ੁਰੂਆਤ ਰੇਡੀਓ ਤੇ ਹੋਈ ਰੇਡੀਓ ਤੇ ਖਬਰਾਂ ਦੀ ਗੱਲ ਮੈਂ ਕਰ ਰਿਹਾ ਸੀ ਤੇ ਰੇਡੀਓ ਦੀ ਖਬਰਾਂ ਦੀ ਗੱਲ ਇਹ ਹੈ ਕਿ ਬੜਾ ਸੋਹਣਾ ਅੰਦਾਜ਼ ਹੁੰਦਾ ਸੀ ਇਹ ਰੇਡੀਓ ਪਾਕਿਸਤਾਨ ਹੈ ਬੜੇ ਤਖਮਲ ਲਾਲ ਬੜੇ ਨੱਪੇ ਤੁਰੇ ਲਫ਼ਜ਼ ਬੜੀ ਸੋਹਣੀ ਗ੍ਰਾਇਮਰ ਤੇ ਲਾਗਾ ਸੀ ਕਿ ਜਿਸ ਤਰ੍ਹਾਂ ਕੋਈ ਖੁਸ਼ੀ ਦੀ ਖਬਰ ਸੁਣਾ ਰਿਹਾ ਹੈ ਰੇਡੀਓ ਤੇ ਸਾਡੇ ਖਬਰਾਂ ਪੜਨਾ ਲੋਕ ਇਸ ਤਰ੍ਹਾਂ ਖਬਰ ਪੜਦੇ ਜਿਨਾਂ ਕੋ ਖੁਸ਼ੀ ਦੀ ਖਬਰ ਸੁਣਾ ਰਿਹਾ ਹੈ ਜਿਸ ਤਰ੍ਹਾਂ ਕੋਈ ਲੋਕਾਂ ਨੂੰ ਇੱਕ ਉਮੀਦ ਦਲਾ ਰਿਹਾ ਇੱਕ ਹੌਸਲਾ ਦਲਾ ਰਿਹਾ ਹੈ ਅੱਜ ਕੱਲ ਤੇ ਖਬਰਾਂ ਆਉਂਦੀਆਂ ਨੇ ਟੀਵੀ ਤੇ ਲੱਗਦਾ ਪਤਾ ਨਹੀਂ ਇਸ ਟਾਈਮ ਕੀ ਉਲਟ ਜਾਏਗਾ ਕੀ ਹੋ ਜਾਏਗਾ ਲੇਕਿਨ ਜਦੋਂ ਤੱਕ ਰੇਡੀਓ ਸੀ ਉਸ ਤੱਕ ਲੋਕਾਂ ਨੂੰ ਇੰਤਰਾ ਹਜਾਨ ਨਹੀਂ ਸੀ ਹੈ ਵੀ ਟੈਨਸ਼ਨ ਨਹੀਂ ਸੀ ਹੈ ਵੀ ਤੇ ਲੋਕ ਲੱਗਦਾ ਸੀ ਕਿ ਬੜੇ ਹਰ ਪਾਸੇ ਇੱਕ ਖੈਰ ਹੀ ਖੈਰ ਹੈ ਇੱਕ ਸਕੂਨ ਹੀ ਸਕੂਨ ਹੈ ਤੇ ਲੇਕਿਨ ਵਕਤ ਬਦਲਿਆ ਵਕਤ ਦੇ ਬਦਨਾਲ ਨਾਲ ਬਾਕੀ ਮੀਡੀਆ ਵੀ ਆ ਗਏ ਤੇ ਅਸੀਂ ਕਿਸੇ ਹੱਦ ਤੱਕ ਰੈਡੀਓ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਰੈਡੀਓ ਜਿਹੜਾ ਹੈ ਉਹਨੇ ਆਪਣੀ ਜਗ੍ਹਾ ਉੱਥੇ ਰੱਖੀ ਹੈ ਅੱਜ ਵੀ ਜਦੋਂ ਸਫ਼ਰ ਕਰਨੇ ਆਸੀਂ ਗੱਡੀਆਂ ਦੇ ਵਿੱਚ ਕਾਰਾਂ ਦੇ ਵਿੱਚ ਸਾਨੂੰ ਜਦੋਂ ਨਵਾਂ 뮤직 ਚਾਹੀਦਾ ਹੁੰਦਾ ਹੈ ਜਾਂ ਸਾਨੂੰ ਨਵੀਂ ਗੱਲ ਚਾਹੀਦੀ ਹੁੰਦੀ ਹੈ ਜੇ ਤੁਹਾਨੂੰ ਟ੍ਰੈਫਿਕ ਦੀ ਮਲੂਮਤ ਚਾਹੀਦੀ ਹੁੰਦੀ ਹੈ ਤਾਂ ਅਸੀਂ ਅਕਸਰ ਰੇਡੀਓ ਜਿਹੜਾ ਗੱਡੀ ਦੇ ਬੈਠੇ ਆਨ ਕਰ ਲੈਂਦੇ ਆ ਸਾਨੂੰ ਗੱਡੀ 'ਚ ਬੈਠੇ ਰੇਡੀਓ ਆਨ ਕਰਕੇ ਪਤਾ ਲੱਗ ਜਾਂਦਾ ਕਿ ਕਿਹੜੇ ਚੌਕ ਦੇ ਵਿੱਚ ਟ੍ਰੈਫਿਕ ਬੰਦ ਹੈ ਕਿਹੜੇ ਚੌਕ ਦੇ ਵਿੱਚ ਰਸਤਾ ਖੁੱਲਿਆ ਹੈ ਕਿਹੜੇ ਪਾਸੇ ਕੋਈ ਮੀਟਿੰਗ ਹੋ ਰਹੀ ਹੈ ਕੋਈ ਜਲਾਸ ਹੋ ਰਿਹਾ ਹੈ ਕਿੱਥੇ ਜਿਹੜਾ ਮੌਸਮ ਕਿਸ ਤਰ੍ਹਾਂ ਦਾ ਹੋ ਰਿਹਾ ਹੈ ਤੇ ਨਵੇਂ-ਨਵੇਂ ਸਾਨੂੰ ਗਾਣੇ ਸੁਣਨ ਨੂੰ ਮਿਲਦੇ ਨੇ ਰੇਡੀਓ ਦੇ ਅੱਜ ਤੋਂ 3 ਸਾਲ ਪਹਿਲੇ 35 ਸਾਲ ਪਹਿਲੇ ਜਦੋਂ ਟੀਵੀ ਚੈਨਲ ਨਹੀਂ ਸੀ ਆਇਆ ਇਤਨੇ ਖਾਸ ਤੇ ਕੇਬਲ ਨਹੀਂ ਸੀ ਆਈ ਤੇ ਕ੍ਰਿਕਟ ਦੀ ਕਮੈਂਟਰੀ ਸੁਣਨਾ ਬੜਾ ਰਵਾਜ ਹੁੰਦਾ ਸੀ ਖੇਤਾਂ ਦੇ ਵਿੱਚ ਬੈ ਕੇ ਸਕੂਲਾਂ ਦੇ ਵਿੱਚ ਬੈ ਕੇ ਬੰਦਿਆਂ ਰੇਡੀਓ ਕੰਨੋਂ ਲਾਏ ਜਾਂਦਾ ਸੀ ਤੇ ਕ੍ਰਿਕਟ ਦੀ ਕਮੈਂਟਰੀ ਸੁਣਦੇ ਹੁੰਦੇ ਸੀ ਬੜੇ ਸੋਹਣੇ ਅੰਦਾਜ਼ ਦੇ ਵਿੱਚ ਕੁਝ ਲੋਕ ਉਰਦੂ ਚ ਕਰਦੇ ਸੀ ਕਮੈਂਟਰੀ ਕੋਈ ਅੰਗਰੇਜ਼ੀ ਚ ਕਰਦੇ ਸੀ ਮਤਲਬ ਇਹ ਹੈ ਕਿ ਇੱਕ ਇੱਕ ਸਮਝੋਗੇ ਇੱਕ ਇਕ ਐਸਾ ਇੱਕ ذریعہ ਸੀ ਜਿਹਦ ਰਾ ਲੋਕਾਂ ਨੂੰ ਮੁxtਲਫ ਹਰ ਤਬਕੇ ਦੇ ਲੋਕਾਂ ਨੂੰ ਨਾ ਖੁਸ਼ੀਆਂ ਮਿਲਦੀਆਂ ਸੀ ਅ ਸਵੇਰ ਸਵੇਰ ਟਾਈਮ ਦੇ ਕੁਰਾਨ ਦੀ ਗੱਲ ਹਦੀਸ ਦੀ ਗੱਲ ਅੱਲਾਹ ਦੇ ਨੇਕ ਬੰਦਿਆਂ ਦੀ ਗੱਲ ਦਰूद पाक ਪੜਿਆ ਜਾਂਦਾ ਸੀ ਉਸ ਤੋਂ ਬਾਅਦ ਬੱਚਿਆਂ ਦੇ ਪ੍ਰੋਗਰਾਮ ਖਵਤੀਆਂ ਦੇ ਪ੍ਰੋਗਰਾਮ ਤੇ ਰੇਡੀਓ ਤੇ ਮਸ਼ਹੂਰੀਆਂ ਬੜੀਆਂ ਪਿਆਰੀਆਂ ਲੱਗਦੀਆਂ ਹੁੰਦੀਆਂ ਸੀ ਬੜੀ ਸੋਹਣੀਆਂ ਲੱਗਦੀਆਂ ਹੁੰਦੀਆਂ ਸੀ ਤੇ ਸੁਣਾਈ ਦਿੱਤੀਆਂ ਸੀ ਤੇ ਉਸ ਤੋਂ ਬਾਅਦ ਜਿਹੜਾ ਮੈਂ ਗੱਲ ਕਰ ਰਹੀ ਸੀ ক্রিকেট ਕਮੈਂਟਰੀ ਬਾਕੀ ਦੂਸਰੇ ਖੇਲਾਂ ਦੀਆਂ ਸਪੋਰਟਸ ਦੇ ਪ੍ਰੋਗਰਾਮ ਲਾਦੇ ਸੀ ਰੇਡੀਓ ਤੇ ਜਿਹਦੇ ਨਾਲ ਲੱਗਦਾ ਸੀ ਪਤਾ ਕਿ ਪਾਕਿਸਤਾਨ ਸਕੁਐਸ਼ ਦੇ ਵਿੱਚ ਕਿੰਨੇ ਚੈਂਪੀਅਨ ਜਿੱਤ ਚੁੱਕਿਆ ਹੈ ਪਾਕਿਸਤਾਨ ਦੇ ਖਿਡਾਰੀ ਜਾਨ ਸ਼ੇਰ ਖਾਨ ਦੇ ਬਾਰੇ ਜੰਗੀਰ ਖਾਨ ਦੇ ਬਾਰੇ ਖਾਸ ਕਰ ਅਸੀਂ ਰੇਡੀਓ ਤੇ ਸੁਣਿਆ ਸੀ ਰੇਡੀਓ ਤੇ ਪਤਾ ਲੱਗਦਾ ਸੀ ਕਿ ਇਮਰਾਨ ਖਾਨ ਸਾਹਿਬ ਫਿੱਟ ਅਨਫਿੱਟ ਹੋ ਗਏ ਨੇ ਤੇ ਰੇਡੀਓ ਤੇ ਪਤਾ ਲੱਗਦਾ ਸੀ ਕਿ ਦੁਬਾਰਾ ਫਿੱਟ ਹੋ ਕੇ ਟੀਮ ਚ ਆ ਗਏ ਨੇ ਤੇ ਰੇਡੀਓ ਜਿਹੜਾ ਇਹ ਬਿਲਕੁਲ ਹਰ ਦੌਰ ਦੇ ਵਿੱਚ ਇੰਦੀ ਆਪਣੀ ਹਮੇਤ ਰਹੀ ਹੈ ਅੱਜ ਵੀ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਚੈਨਲ ਕੰਮ ਕਰ ਰਹੇ ਨੇ ਐਫ ਐਮ 95 ਲਾਹੌਰ ਤੋਂ ਕੰਮ ਕਰ ਰਿਹਾ ਤੇ ਇਹ ਬਲਕਿ ਮੈਂ ਕਹਾਂਗਾ ਕਿ ਐਫ ਐਮ 95 ਨੇ ਆਪਣਾ ਇੱਕ ਰੇਡੀਓ ਦਾ ਅਹਿਯਾਜ 'ਚ ਬੜਾ ਕੰਮ ਕੀਤਾ ਹੈ ਕਿਉਂਕਿ ਇਹਨਾਂ ਨੇ ਗੱਲ ਕੀਤੀ ਹੈ ਲੋਕਾਂ ਦੀ ਗੱਲ ਕੀਤੀ ਹੈ ਲੋਕ ਗੀਤਾਂ ਦੀ ਗੱਲ ਕੀਤੀ ਹੈ ਇਸ ਧਰਤੀ ਦੀ ਗੱਲ ਕੀਤੀ ਹੈ ਇਸ ਪੰਜਾਬ ਦੀ ਗੱਲ ਕੀਤੀ ਹੈ ਪੰਜਾਬੀ ਬੋਲੀ ਦੀ ਗੱਲ ਕੀਤੀ ਹੈ ਪੰਜਾਬ ਦੇ ਸੂਫੀਆ ਦੀ ਗੱਲ ਕੀਤੀ ਹੈ ਇਸ ਵਾਸਤੇ ਇਸ ਰੇਡੀਓ ਨੂੰ ਲੋਕ ਬੜੇ ਸ਼ੌਕ ਨਾਲ ਸੁਣਦੇ ਨੇ ਬੜੇ ਜੋਕ ਨਾਲ ਸੁਣਦੇ ਨੇ ਤੇ ਇਹ ਇਸ ਰੇਡੀਓ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਹਰ ਪਾਸੇ ਖੈਰ ਹੀ ਖੈਰ ਹੁੰਦੀ ਹੈ ਗਾਣੇ ਵਿੱਚ ਜਿਹੜੇ ਲੱਗਦੇ ਨੇ ਉਹ ਵੀ ਦਿਲ ਨੂੰ ਸਕੂਨ ਦੰਦੇ ਨੇ ਉਹ ਵੀ ਜਿਹੜਾ ਨਾ ਉਹ ਜਾਨ ਪੈਦਾ ਨਹੀਂ ਕਰਦੇ ਹੈ ਵੀ ਤੇ ਉਸ ਤੋਂ ਇਲਾਵਾ ਹੋਰ ਬੜੇ ਐਫਐਮ ਚੈਨਲ ਕੰਮ ਕਰ ਰਹੇ ਨੇ ਰੇਡੀਓ ਪਾਕਿਸਤਾਨ ਕੰਮ ਕਰ ਰਿਹਾ ਹੈ ਜਿੰਨੇ ਵੀ ਰੇਡੀਓ ਕੰਮ ਕਰ ਰਹੇ ਨੇ ਇਹ ਲੋਕਾਂ ਨੂੰ ਕਿਸੇ ਨਾ ਕਿਸੇ ਹਵਾਲੇ ਨਾਲ ਤਫਰੀਹ ਦੇ ਰਹੇ ਨੇ ਲਾ ਕੋਈ ਕਿਸੇ ਨਾ ਕਿਸੇ ਹਵਾਲੇ ਨਾਲ ਐਂਟਰਟੇਨ ਕਰ ਰਹੇ ਨੇ ਤੇ ਰੇਡੀਓ ਦਾ ਵੀ ਇਹ ਵੀ ਕੰਮ ਹੈ ਕਿ ਜਦੋਂ 1965 ਦੇ ਵਿੱਚ ਸਾਡੇ ਦੁਸ਼ਮਣ ਨੇ ਸਾਡੇ ਤੇ ਹਮਲਾ ਕੀਤਾ ਤੇ ਜਿਹੜਾ ਸਦਰ ਯੂਬ ਖਾਨ ਰੇਡੀਓ ਤੇ ਹੀ ਕੌਮ ਨੂੰ ਖਤਾਬ ਕੀਤਾ ਸੀ ਤੇ ਉਸ ਖਤਾਬ ਦੇ ਬਾਰੇ ਚ ਬੜੀ ਦੇਰ ਤੱਕ ਲੋਕ ਗੱਲਾਂ ਕਰਦੇ ਸੀ ਕਿ ਯੂਬ ਖਾਨ ਨੇ ਖਤਾਬ ਕੀਤਾ ਤਾਂ ਲੋਕ ਘਰੋਂ ਬਾਹਰ ਨਿਕਲ ਆਏ ਮਤਲਬ ਇਹ ਰੇਡੀਓ ਦਾ ਇੱਕ ਬੜਾ ਸਾਡੀ ਤਾਰੀਖੇ ਦੇ ਬੜਾ ਅਹਿਮ ਕਿਰਦਾਰ ਰਿਹਾ ਹੈ ਰੇਡੀਓ ਨੇ ਹੀ ਸਨ ਲੋਕਾਂ ਨੂੰ ਜਿਹੜਾ ਨਾ ਉਹ ਦੁਨੀਆ ਨਾਲ ਜੋੜਿਆ ਰੱਖਿਆ ਹੈ ਰੇਡੀਓ ਨੇ ਹੀ ਦੱਸਿਆ ਕਿ ਇਸ ਵਕਤ ਕੀ ਹੋ ਰਿਹਾ ਹੈ ਤੇ ਕੀ ਕਿਸ ਤਰ੍ਹਾਂ ਦੇ ਸਾ ਦੁਨੀਆ ਦੇ ਹਾਲਾਤ ਬਦਲ ਬਦਲਦੇ ਜਾ ਰਹੇ ਨੇ ਮੈਂ ਗੱਲ ਕਰ ਰਿਹਾ ਸੀ ਕਿ ਰੇਡੀਓ ਸਾਡਾ ਜਿਹੜਾ ਇਹ ਇੱਕ ਤਰਬੀਅਤਗਾ ਬਣਿਆ ਰਿਹਾ ਹੈ ਤੇ ਰੈਡੀਓ ਨਾਲ ਜਿਹੜਾ ਸਾਡਾ ਉਹ ਪੂਰੇ ਸੀ ਮੌਸਮਾਂ ਦੇ ਹਾਲਾਤ ਪੂਰੇ ਮੁਲਕ ਦੇ ਹਾਲਾਤ ਹੈ ਪੂਰੀ ਦੁਨੀਆ ਦੇ ਹਾਲਾਤ ਜਾਣਦੇ ਰਹੇ ਆ ਅੱਜ ਵੀ ਦੁਨੀਆ ਦੇ ਵਿੱਚ ਮੈਂ ਗੱਲ ਕੀਤੀ ਹੈ ਕਿ ਤਕਰੀਬਨ 50 ਕੇ ਹਜ਼ਾਰ ਦੇ ਕਰੀਬ ਰੈਡੀਓ ਸਟੇਸ਼ਨ ਕੰਮ ਕਰ ਰਹੇ ਨੇ ਇਹਦਾ ਮਤਲਬ ਇਹ ਹੈ ਕਿ ਦੁਨੀਆ ਰੈਡੀਓ ਸੁਣਦੀ ਹੈ ਬਲਕਿ ਮੈਂ ਪੜ੍ਹ ਰਿਹਾ ਸੀ ਕਿ ਕੁਝ ਮੁਲਕ ਐਸੇ ਹਨ ਕਿ ਜਿੱਥੇ 80 ਤੋਂ 90 ਫੀਸਦੀ ਆਬਾਦੀ ਜਿਹੜੀ ਹੈ ਰੋਜ਼ ਰੈਡੀਓ ਸੁਣਦੀ ਹੈ ਸਾਡਾ ਸਾਡਾ ਐਲਮੀਆਂ ਇੱਕ ਅਸੀਂ ਜਿਹੜਾ ਨਵੇਂ ਚੀਜ਼ਾਂ ਜਾਣੇ ਆ ਤੇ ਅਸੀਂ ਜਿਹੜੀ ਪੁਰਾਣੀ ਚੀਜ਼ਾਂ ਨਾ ਉਹ ਛੱਡਦੇ ਨਹੀਂ ਆ ਅੱਗੇ ਵਧਨੇ ਆ ਪਿਛੋਖੜ ਨੂੰ ਭੁੱਲ ਜਾਨੇ ਆ ਤੇ ਜਦੋਂ ਅਸੀਂ ਦੇਖਨੇ ਆ ਕਿ ਦੁਨੀਆ ਕੀ ਕਰ ਰਹੀ ਹੈ ਫਿਰ ਇਸ ਵਾਪਸ ਜਾਨਨੇ ਆ ਅਸੀਂ ਹੁਣ ਸਾਡੇ ਇਸ ਵਾਸਤੇ ਸਾਡਾ ਵੀ ਰੋਜ਼ਾਨਾ ਸਾਥ ਰੇਡੀਓਲ ਹੋ ਰਿਹਾ ਟੀਵੀਲ ਹੋ ਰਿਹਾ ਟੀਵੀ ਤੇ ਇੱਕ ਬੜੀ ਵੱਡੀ ਜਿਹੜੀ ਹੈ ਨਾ ਉਹ ਇੱਕ ਪਲੇਟਫਾਰਮ ਹੈ ਉਹਦੇ ਨਾਲ ਦੂਸਰੇ ਵੈਬ ਚੈਨਲ ਨੇ YouTube ਚੈਨਲ ਨੇ ਲੇਕਿਨ ਹਰ ਚੀਜ਼ ਦੀ ਇੱਕ ਆਪਣੀ ਆਪਣੀ ਜਿਹੜਾ ਹੁੰਦੀ ਹੈ ਨਾ ਮਹੱਤਵ ਇਸੇ ਤਰ੍ਹਾਂ ਰੈਡ ਕੋ ਜਿਹੜਾ ਨਾ ਉਹਦੀ ਆਪਣੀ ਹਮਾਇਤ ਹੈ ਤੇ ਇਹਨੇ ਬਹੁਤ ਸਾਰੇ ਲੋਕਾਂ ਨੂੰ ਗੱਲ ਕਰਨੀ ਸਿਖਾਈ ਹੈ ਬਹੁਤ ਸਾਰੇ ਲੋਕ ਗੁੱਲੂ ਕਰਮ ਤਾਰਫ ਕਰਾਇਆ ਨੇ ਆਲਮ ਲੋਹਾਰ ਜੇ ਗੁੱਲੂ ਦੇ ਗਾਣੇ ਆਉਂਦੇ गाने ਆਉਂਦੇ ਸੀ ਰੇਸ਼ਮਾ ਦੇ ਗਾਣੇ ਲੋਕਾਂ ਨੇ ਰੈਡ ਕੋ ਤੇ ਸੁਣਨੇ ਸ਼ੁਰੂ ਕੀਤੇ ਸੀ ਕਿਉਂਕਿ ਇਹਨਾਂ ਦੇ ਜਿਹੜਾ ਇਹ ਹਰ ਬੰਦੇ ਦੀ ਹਰ ਬੰਦੇ ਦੀ ਹਰ ਗੁੱਲੂਕਾਰ ਤੱਕ ਜਿਹੜੀ ਹੈ ਨਾ ਉਹ ਅਪਰੋਚ ਨਹੀਂ ਸੀ ਹੈ ਹਰ ਬੰਦਾ ਇਹਨਾਂ ਨੂੰ ਜੇ ਕਿ ਮੇਲੇ ਨਹੀਂ ਸੁਣ ਸਕਦਾ ਸੀ ਹਰ ਬੰਦੇ ਕੋਲ ਕੇਸਟਾ ਨਹੀਂ ਸੀ ਹੈ ਵੀ ਉਹ ਵੀ ਸੀ ਆਰ ਨਹੀਂ ਸੀ ਹੈ ਉਦੋਂ ਹੈ ਉਦੋਂ ਕੇਸਟ ਰਿਕਾਰਡ ਦਾ ਹੈ ਸਲੇਕਨ ਬਹੁਤ ਹਰ ਬੰਦੇ ਕੋਲ ਟੇਪ ਰਿਕਾਰਡਰ ਨਹੀਂ ਸੀ ਹੈ ਵੀ ਲੇਕਿਨ ਰੇਡੀਓ ਤੇ ਸਾਨੂੰ ਹਰ ਰੋਜ਼ ਆਲਮਦੁਆਰ ਤੇ ਗੀਤ ਸੁਣਨੇ ਨੂੰ ਮਿਲਦੇ ਸੀ ਰਿਸ਼ਮਨ ਸੁਣ ਲੈਂਦੇ ਸੀ ਅਸੀਂ ਅਸੀਂ ਸ਼ੌਕਤ ਅਲੀ ਖਾਨ ਨੂੰ ਸੁਣਦੇ ਸੀ ਅਸੀਂ ਅਨਾਇਸਨ ਪੱਟੀਆਂ ਸੁਣਦੇ ਸੀ ਅਸੀਂ ਬਾਬੇ ਬੁੱਲ੍ਹੇ ਸ਼ਾਹ ਦਾ ਕਲਾਮ ਸੁਣਦੇ ਸੀ ਵਾਰਿਸ ਸ਼ਾਹ ਨੂੰ ਸੁਣਦੇ ਸੀ ਬਾਬੇ ਫਰੀਦ ਦੀਆਂ ਕਾਫੀਆਂ ਸੁਣਦੇ ਸੀ ਮਤਲਬ ਰੇਡੀਓ ਨੇ ਸਾਨੂੰ ਘ ਹਰ ਚੀਜ਼ ਦਾ ਮਿਲਾ ਦਿੱਤੀਆਂ ਜਿਹਦੇ ਵਾਸਤੇ ਤੁਹਾਨੂੰ ਬੜੇ ਲੰਬੇ ਸਫ਼ਰ ਕਰਨੇ ਪੈਂਦੇ ਜਾਂ ਤੁਹਾਨੂੰ ਬੜੀ ਦੇਰ ਉਡੀਕ ਕਰਨੀ ਪੈਂਦੀ ਇੰਤਜ਼ਾਰ ਕਰਨਾ ਪੈਂਦਾ ਤੇ ਬਿਲਕੁਲ ਅੱਜ 13 ਫਰਵਰੀ ਹੈ ਅਸੀਂ ਰੈਡ ਗੋ ਦਾ ਦਿਨ ਮਨਾ ਰਹੇ ਹਾਂ ਤਾਂ ਅਸੀਂ ਇਸ ਉਮੀਦ ਨਾਲ ਇਸ ਖੈਰ ਇਸ ਦੁਆ ਨਾਲ ਇਸ ਯਕੀਨ ਨਾਲ ਇਸ ਦਿਨ ਨੂੰ ਮਨਾਣੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਫ ਐਮ 95 ਜਿਹੜਾ ਮਲਤਾਨ ਤੋਂ ਵੀ ਸ਼ੁਰੂ ਹੋ ਰਿਹਾ ਹੈ ਪਿੰਡੀ ਤੋਂ ਵੀ ਸ਼ੁਰੂ ਹੋ ਰਿਹਾ ਹੈ ਇਹ ਲੋਕਾਂ ਨੂੰ ਹੋਰ ਨਾਲ ਜੋੜੇਗਾ ਇਹ ਲੋਕਾਂ ਨੂੰ ਹੋਰ ਖੈਰ ਦਾ ਪੈਗਾਮ ਦੇਗਾ ਇਹ ਲੋਕਾਂ ਨਾਲ ਹੋਰ ਮੁਹੱਬਤਾਂ ਬਣੇਗਾ ਇਹ ਹੋਰ ਨਵੇਂ ਹੀਰੋ ਮਤਾਰਫ ਕਰਾਏਗਾ ਹੋਰ ਨਵੇਂ ਲੋਕ ਗੀ ਲੋਕ ਗੁਲੂਕਰ ਸਾਹਮਣੇ ਲੈ ਕੇ ਆਏਗਾ ਹੋਰ ਲੋਕਾਂ ਨੂੰ ਆਪਣੀ ਧਰਤੀ ਦੀ ਪਛਾਣ ਕਰਾਏਗਾ ਪੰਜਾਬ ਦੀ ਮਿੱਠੀ ਧਰਤੀ ਨਾਲ ਲੋਕਾਂ ਨੂੰ ਮਿਲਾਏਗਾ ਪੰਜਾਬ ਦੇ ਸਕਾਫਤੀ ਰੰਗ ਪੰਜਾਬ ਦੇ ਜਿਹੜੇ ਮੁਹੱਬਤ ਦੇ ਰੰਗ ਸੂਫੀਆ ਦੇ ਰੰਗ ਨੇ ਇਹ ਬਿਲਕੁਲ ਜਿਹੜਾ ਰੇਡੀਓ ਜਿਹੜਾ ਇਹ ਲੋਕਾਂ ਤੱਕ ਆਮ ਕਰ ਸਕਦਾ ਹੈ ਕਰੇਗਾ ਇਨਸ਼ਾ ਅੱਲਾਹ ਤਾਲਾ पाकिस्तान ज़िंदाबा